ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ PBN ਦੇ ਇੰਟਰਟੇਨਮੈਂਟ ਦੇ ਕੈਨ ਚੋ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਫਿਰ ਕਰਦੇ ਹਾਂ ਪ੍ਰੋਗਰਾਮ ਸ਼ੁਰੂਆਤ ਤੋਂ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਸੋ ਦੋਸਤੋ, ਜਿੱਦਾਂ ਅਸੀਂ ਸਾਡੀ ਪਿਛਲੀ ਰਿਪੋਰਟ ਵਿੱਚ ਦੇਖਿਆ ਕਿ ਹੋਵਰਬੋਰਡ ਜਿਹੜਾ ਹੈਗਾ ਉਹ ਸਾਈਜ਼ ਦੇ ਵਿੱਚ ਕਾਫੀ ਛੋਟਾ ਸੀਗਾ। ਹੁਣ ਤੁਸੀਂ ਕਿੱਥੇ ਵੀ ਲੈ ਕੇ ਜਾ ਸਕਦੇ ਸੀਗੇ, ਕਾਰ 'ਤੇ, ਬਾਈਕ 'ਤੇ, ਉਹ ਨਾਲ ਹੀ ਨਾਲ ਮੋਬਾਈਲ ਦੇ ਥਰੂ ਮਿਊਜ਼ਿਕ ਲਾ ਕੇ ਗਾਣੇ ਵੀ ਸੁਣ ਸਕਦੇ ਹੋ, ਆਪਣਾ ਟਾਈਮ ਵੀ ਅੱਛਾ ਖਾਸਾ ਪਾਸ ਕਰ ਸਕਦੇ ਸੀਗੇ। ਔਰ ਨਾਲ ਹੀ ਨਾਲ ਜਿੱਦਾਂ ਕਿ ਮੁਨੀਸ਼ ਜਿੰਦਲ ਜੀ ਨੇ ਕਿਹਾ ਸੀਗਾ ਕਿ ਮੈਂ ਚਾਹੁੰਦਾ ਕਿ ਲੁਧਿਆਣੇ ਦਾ ਬੱਚਾ ਹੈ ਹੋਵਰਬੋਰਡ ਚਲਾਵੇ, ਯਾਨੀ ਕਿ ਹੋਵਰਬੋਟਿਕਸ ਦਾ ਹੋਵਰਬੋਰਡ ਚਲਾਵੇ। ਸੋ ਉਹਨਾਂ ਨੇ ਕਰਕੇ ਵੀ ਵਿਖਾਇਆ ਔਰ ਹੋਵਰਬੋਰਡ ਅੱਜ ਹਰ ਕਿਸੇ ਦੇ ਘਰੇ ਹੈਗਾ। ਲੇਕਿਨ ਉਸ ਤੋਂ ਵੱਡੀ ਜਿਹੜਾ ਚੈਲੰਜ ਸੀਗਾ ਉਹ ਇਹ ਸੀਗਾ ਕਿ ਇਸ ਨੂੰ ਅਪਡੇਟ ਕਿਸ ਤਰ੍ਹਾਂ ਕੀਤਾ ਜਾਵੇ, ਕੀ ਨਵਾਂ ਲੈ ਕੇ ਆਉਣ ਕਿ ਜਿਸ ਨੂੰ ਅਪਡੇਟ ਕੀਤਾ ਜਾਵੇ। ਸੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਮੌਕੇ 'ਤੇ ਜਿਹੜਾ ਕਿ ਛੋਟਾ ਹੋਵਰਬੋਰਡ ਹੈਗਾ ਸੀਗਾ ਉਸ ਦੇ ਵਿੱਚ ਜਿਹੜਾ ਹੈਗਾ ਵਾ ਖੜ੍ਹਾ ਹੋਣ 'ਤੇ ਕਾਫੀ ਡਰ ਲੱਗਦਾ ਸੀਗਾ ਕਿ ਅਸੀਂ ਕਿਤੇ ਗਿਰ ਨਾ ਜਾਈਏ, ਕਿੱਥੇ ਆਪਾਂ ਉਹਦੇ ਚੜ੍ਹੀ ਵੀ ਚੜ੍ਹਾਂਗੇ ਨਹੀਂ ਚੜ੍ਹਾਂਗੇ, ਕਿਉਂਕਿ ਸਟੇਬਲ ਹੋਣ 'ਤੇ ਕਾਫੀ ਟਾਈਮ ਲੈਂਦਾ ਸੀਗਾ। ਲੇਕਿਨ ਇਹਦੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਜਿਹਨੂੰ ਕਿ ਇਹਨਾਂ ਨੇ ਅਪਡੇਟ ਕਰਕੇ ਇੱਕ ਨਵੀਂ ਚੀਜ਼ ਲੈ ਕੇ ਆਏ ਨੇ, ਉਸਦਾ ਨਾਮ ਹੈਗਾ ਸੀ ਮਿੰਨੀ ਬੋਰਡ। ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਮਿੰਨੀ ਬੋਰਡ ਹੈਗਾ ਵਾ ਇਸ ਦੇ ਜਿਹੜੇ ਟਾਇਰ ਹੈਗੇ ਨੇ ਉਹ ਬੇਸਿਕਲੀ ਉਹਦੇ ਬਹੁਤ ਹੀ ਵੱਡੀ ਖਾਸੀਅਤ ਹੈ, ਕਿਉਂਕਿ ਇਹ ਜਿਹੜਾ ਟੈਕਨੋਲੋਜੀ ਹੈ ਇਹ ਫਿਊਚਰ ਦੀ ਵੀ ਫਿਊਚਰ ਟੈਕਨੋਲੋਜੀ ਹੈਗੀ ਹੈ, ਜੋ ਕਿ ਤੁਸੀਂ ਖਾਲੀ ਅੱਗੇ ਬਹੁਤ ਹੀ ਵੱਡੀ ਵੱਡੀ ਟੈਕਨੋਲੋਜੀ ਹੈ ਜਿਹੜੀ ਮੈਂ ਥੋੜ੍ਹੀ ਜਿਹੀ ਅੱਗੇ ਤੁਹਾਨੂੰ ਲਾਈਨਾਂ ਬਾਰੇ ਦੱਸਾਂਗਾ ਕੀ ਹੈ। ਲੇਕਿਨ ਮੈਂ ਪਹਿਲੀ ਗੱਲ ਸਭ ਤੋਂ ਪਹਿਲਾਂ ਦੀ ਟਾਇਰ ਦੀ ਕਰਾਂਗਾ ਕਿ ਇਸਦੇ ਜਿਹੜੇ ਟਾਇਰ ਹੈਗੇ ਨੇ ਉਹ ਵੱਡੇ ਨੇ, ਔਰ ਤੁਹਾਨੂੰ ਅਕਸਰ ਯਾਦ ਹੋਏਗਾ ਕਿ ਤੁਸੀਂ ਆਪਣੇ ਘਰਾਂ ਦੀ ਬਾਈਕ 'ਤੇ ਕਾਰਾਂ 'ਤੇ ਜਿਹੜੀ ਹਵਾ ਭਰਵਾਉਂਦੇ ਹੈਗੇ ਹੋ, ਲੇਕਿਨ ਅੱਜ ਤੋਂ ਤੁਹਾਨੂੰ ਇਸ ਮਿੰਨੀ ਬੋਰਡ ਦੀ ਵੀ ਹੁਣ ਹਵਾ ਭਰਵਾਉਣੀ ਪੈਣੀ ਹੈ, ਕਿਉਂਕਿ ਟਾਇਰ ਦੇ ਅਕੋਰਡਿੰਗ ਹੈ, ਟਾਇਰ ਦੇ ਅਕੋਰਡਿੰਗ ਹੈ ਜਿਹੜਾ ਹੈਗਾ ਇਹਦੇ 'ਚ ਹਵਾ ਵੀ ਭਰਵਾਉਣੀ ਪੈਂਦੀ ਹੈ, ਕਿਉਂਕਿ ਤੁਹਾਡੀ ਗੱਡੀਆਂ ਅਤੇ ਕਾਰਾਂ ਅਤੇ ਬਾਈਕਾਂ ਜਿੱਦਾਂ ਸੜਕਾਂ 'ਤੇ ਚੱਲਦੀਆਂ ਨੇ, ਅੱਜ ਤੋਂ ਤੁਸੀਂ ਇਹਨੂੰ ਵੀ ਆਪਣੀ ਸੜਕਾਂ 'ਤੇ ਚਲਾ ਸਕਦੇ ਹੋ, ਰਹਿੰਦੇ ਹੋ ਇਹਨੂੰ ਵੀ ਤੁਸੀਂ ਹਵਾ ਭਰਵਾਓਗੇ, ਕਿਉਂਕਿ ਇਹਦੇ ਹਵਾ ਭਰਵਾਉਣ ਦੇ ਨਾਲ ਹੀ ਹੈ ਜਿਹੜਾ ਹੈਗਾ ਵਾ ਤੁਸੀਂ ਕਿੱਥੇ ਵੀ ਇਹਨੂੰ ਲੈ ਕੇ ਜਾ ਸਕਦੇ ਹੈਗੇ ਹੋ, ਜਿਵੇਂ ਘਰ ਦੇ ਛੋਟੇ ਮੋਟੇ ਕੰਮ ਨੇ ਉਹ ਅੱਜ ਤੋਂ ਤੁਸੀਂ ਇਹਦੇ 'ਤੇ ਕਰ ਸਕਦੇ ਹੋ। ਉਸ ਦੂਸਰੀ ਵੱਡੀ ਗੱਲ ਹੈ ਕਿ ਅੱਜ ਤੋਂ ਡਰਨਾ ਮਨ ਹੈ, ਕਿਉਂਕਿ ਅੱਜ ਤੋਂ ਬਾਅਦ ਤੁਸੀਂ ਇਹਦੇ 'ਤੇ ਗਿਰ ਵੀ ਨਹੀਂ ਸਕੋਗੇ, ਤੁਹਾਡੇ ਗਿਰਨ ਵਾਲੀ ਜਿਹੜੀ ਟੈਨਸ਼ਨ ਉਹ ਬਿਲਕੁਲ ਖਤਮ ਹੋ ਜਾਏਗੀ। ਔਰ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਕਿਹਾ ਫਿਊਚਰ ਦੀ ਫਿਊਚਰ ਟੈਕਨੋਲੋਜੀ ਹੈਗੀ ਹੈ ਔਰ ਟੈਕਨੋਲੋਜੀ ਹੈਗੀ ਹੈ ਕਿ ਇਹਨੂੰ ਤੁਸੀਂ ਲੈਣ ਵਾਸਤੇ ਤੁਹਾਨੂੰ ਚੱਕਣ ਵਾਸਤੇ ਖੁਦ ਆਪ ਨਹੀਂ ਜਾਣਾ ਪਊਗਾ ਜਾਂ ਕਿਸੇ ਨੂੰ ਕਹਿਣਾ ਨਹੀਂ ਪਊਗਾ ਕਿ ਜਾ ਕੇ ਮਿੰਨੀ ਬੋਰਡ ਲੈ ਆਓ, ਉਹ ਤੁਸੀਂ ਆਪਣੇ ਮੋਬਾਈਲ ਦੇ ਨਾਲ ਹੀ ਇਹਨੂੰ ਕੋਲ ਬੁਲਾ ਸਕਦੇ ਹੋ। ਕਿਸ ਤਰ੍ਹਾਂ ਬੁਲਾ ਸਕਦੇ ਹੋ ਤੁਸੀਂ ਇਹ ਸਾਡੇ ਏਅਰਪੋਰਟ 'ਚ ਦੇਖੋ। ਸੋ ਦੋਸਤੋ, ਤੁਸੀਂ ਸਾਡੇ ਦੋਨਾਂ ਰਿਪੋਰਟਾਂ 'ਚ ਦੇਖ ਲਿਆ ਕਿ ਹੋਵਰਬੋਰਡ ਔਰ ਮਿੰਨੀ ਬੋਰਡ 'ਚ ਕੀ ਡਿਫਰੈਂਸ ਹੈਗਾ ਔਰ ਕੀ ਨਵਾਂ ਲੈ ਕੇ ਆਏ ਨੇ। ਸੋ ਫਾਈਨਲੀ ਸਾਡੇ ਨਾਲ ਜੁੜ ਚੁੱਕੇ ਨੇ ਹੋਵਰਬੋਟਿਕਸ ਦੇ ਓਨਰ ਯਾਨੀ ਕਿ CEO ਮੁਨੀਸ਼ ਜਿੰਦਲ ਜੀ। ਸੋ ਲਾਸਟ ਈਅਰ ਆਪਾਂ ਤੁਹਾਡੇ ਨਾਲ ਗੱਲ ਕਰਵਾਈ ਸੀ, ਤੁਹਾਨੂੰ ਰੂਬਰੂ ਕੀਤਾ ਸੀ ਇਹਨਾਂ ਨਾਲ, ਅਤੇ ਉਸ ਟਾਈਮ ਹੋਵਰਬੋਰਡ ਲੈ ਕੇ ਆਏ ਸੀਗੇ ਅਤੇ ਆਪਾਂ ਕਾਫੀ ਖੁਸ਼ ਹੋਏ ਸੀਗੇ। ਜਿੱਦਾਂ ਕਿ ਅਸੀਂ ਤੁਹਾਨੂੰ ਆਪਣੇ ਦੋਨਾਂ ਰਿਪੋਰਟਾਂ 'ਚ ਦਿਖਾਇਆ ਕਿ ਬਾਲੀਵੁੱਡ ਜਿਹੜੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀਗੀਆਂ ਉਹ ਫਾਈਨਲੀ ਉਹਨਾਂ ਨੇ ਲੁਧਿਆਣਾ ਦੇ ਇਕੱਲੇ ਘਰ ਦੇ ਵਿੱਚ ਪਹੁੰਚਾ ਦਿੱਤੀ ਹੈ। ਲੇਕਿਨ ਸਭ ਤੋਂ ਵੱਡਾ ਇਹਨਾਂ ਦਾ ਚੈਲੰਜ ਸੀਗਾ ਕਿ ਅਸੀਂ ਨਵਾਂ ਕੀ ਲੈ ਕੇ ਆਏ, ਤੁਸੀਂ ਮੇਰੇ ਬੈਕਡ੍ਰੋਪ 'ਤੇ ਦੇਖ ਸਕਦੇ ਹੈਗੇ ਹੋ ਕਿ ਮਿੰਨੀ ਬੋਰਡ ਲੈ ਕੇ ਆਏ ਨੇ, ਜੋ ਕਿ ਬਹੁਤ ਹੀ ਵਧੀਆ, ਜਿਹਦੇ 'ਚ ਗਿਰਨ ਦਾ ਵੀ ਬਿਲਕੁਲ ਡਰ ਨਹੀਂ ਗਾ। ਔਰ ਇਹਦਾ ਸਾਫ਼ ਤੌਰ 'ਤੇ ਕਹਿਣਾ ਹੈਗਾ ਕਿ ਫਿਊਚਰ ਦਾ ਵੀ ਫਿਊਚਰ ਜਿਹੜਾ ਹੈਗਾ ਵੈ ਅਸੀਂ ਇੱਥੇ ਲੈ ਆਏ ਹਾਂ ਲੁਧਿਆਣੇ ਦੇ ਵਿੱਚ, ਯਾਨੀ ਕਿ ਇੰਡੀਆ ਦੇ ਵਿੱਚ ਲੈ ਆਏ ਹਾਂ। ਸੋ ਫਾਈਨਲੀ ਫਿਰ ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰਦੇ ਹਾਂ ਮੁਨੀਸ਼ ਜਿੰਦਲ ਜੀ, ਤੁਹਾਡਾ ਕਿ ਤੁਸੀਂ ਸਾਡੇ ਸੈੱਟ 'ਤੇ ਪਹੁੰਚੇ ਇੱਥੇ, ਅਤੇ ਨਾਲ ਹੀ ਨਾਲ ਤੁਸੀਂ ਇੰਨੀ ਵਧੀਆ ਚੀਜ਼ ਲੈ ਕੇ ਆਏ ਲੁਧਿਆਣਾ ਵਾਸੀਆਂ ਵਾਸਤੇ ਸਪੈਸ਼ਲੀ, ਕਿਉਂਕਿ ਸਾਨੂੰ ਮਾਣ ਹੈ ਕਿ ਤੁਸੀਂ ਲੁਧਿਆਣੇ 'ਚ ਰਹਿੰਦੇ ਹੋ, ਇਸ ਕਰਕੇ ਸਾਨੂੰ ਨਵੀਂ ਨਵੀਂ ਟੈਕਨੋਲੋਜੀ ਜਿਹੜੀ ਹੈ ਦੇਖਣ ਨੂੰ ਇੱਥੇ ਮਿਲਦੀ ਰਹਿੰਦੀ ਪ੍ਰੋਪਰ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਪਣੇ ਲਾਸਟ ਈਅਰ ਤੋਂ, ਕਿਉਂਕਿ ਇਹ ਬਹੁਤ ਵੱਡਾ ਡ੍ਰੀਮ ਪ੍ਰੋਜੈਕਟ ਸੀਗਾ, ਖਾਸ ਕਰ ਲੁਧਿਆਣਾ ਵਾਸਤੇ, ਜਿਸ ਤਰ੍ਹਾਂ ਕਿ ਉਸ ਟਾਈਮ ਲੁਧਿਆਣਾ ਨੂੰ ਵੀ ਜਿਹੜਾ ਨਾਮ ਦਿੱਤਾ ਗਿਆ ਸੀ ਸਮਾਰਟ ਸਿਟੀ ਲੁਧਿਆਣਾ। ਸੋ ਸਮਾਰਟ ਚੀਜ਼ਾਂ ਜਿਹੜੀਆਂ ਟੈਕਨੋਲੋਜੀ ਲੈ ਕੇ ਆਉਣਾ ਸ਼ੁਰੂ ਤੁਸੀਂ ਇੱਥੇ ਕੀਤਾ, ਸੋ ਕਿੱਦਾਂ ਸੁਭਵ ਬਣਿਆ, ਅਤੇ ਉਸ ਤੋਂ ਬਾਅਦ ਤੁਸੀਂ ਇਹ ਪਲੈਨਿੰਗ ਕਿੱਥੋਂ ਕੀਤੀ, ਪਹਿਲਾਂ ਇਹਦੇ ਬਾਰੇ ਥੋੜ੍ਹੀ ਨੌਲੇਜ ਦਿਓ ਕਿ ਇਹਦੇ 'ਚ ਹੋਰ ਕਿਹੜੀ ਟੈਕਨੋਲੋਜੀ ਜਿਹੜੀ ਜਿਹੜੀ ਸਾਡੀ ਲਾਸਟ ਟਾਈਮ ਇੰਟਰਵਿਊ 'ਤੇ ਮਿਸ ਹੋਈ ਹੋਵੇ। ਤੁਹਾਡਾ ਬਹੁਤ ਧੰਨਵਾਦ ਹਰਦੀਪ ਜੀ, ਤੁਸੀਂ ਆਏ ਹੋ ਜੀ ਆਇਆਂ ਨੂੰ। ਦੇਖੋ ਆਪਾਂ ਪਿਛਲੇ ਸਾਲ ਮਿਲੇ ਸੀ ਤੁਹਾਨੂੰ, ਮੈਂ ਦੱਸਿਆ ਸੀ ਅਸੀਂ ਹੋਵਰਬੋਰਡ ਲੈ ਕੇ ਆਏ ਹਾਂ। ਮੇਰਾ ਦੇਖੋ ਪੈਸ਼ਨ ਹੈਗਾ ਇੱਕ ਟੈਕਨੋਲੋਜੀ ਲਈ, ਠੀਕ ਹੈ, ਉਸ ਕਰਕੇ ਹੀ ਉਹ ਪੈਸ਼ਨ ਦੇ ਚੱਲਦੇ ਹੀ ਮੈਂ ਇਸ ਚੀਜ਼ ਨੂੰ ਆਪਣੇ ਇੰਡੀਆ 'ਚ ਲੈ ਕੇ ਆਇਆ ਸੀਗਾ ਕਿ ਸਾਰੇ ਦੁਨੀਆ ਅਤੇ ਆਪਣੇ ਹਿੰਦੁਸਤਾਨ ਦੇ ਵਾਸੀ ਉਹ ਰੋਬੋਟਸ ਨੂੰ ਇੰਜੋਏ ਕਰਨ। ਦੇਖੋ ਆਪਣੇ ਇੰਡੀਅਨਸ ਨੇ ਨਾ ਜਿਹੜੇ ਉਹ ਸਾਰੀਆਂ ਚੀਜ਼ਾਂ ਇੰਜੋਏ ਕਰਦੇ ਨੇ, ਜਿਹੜੇ ਰੋਬੋਟਸ ਨੇ ਫੋਰਨ ਕੰਟਰੀਜ਼ 'ਚ ਨਾ ਬੜੇ ਨੋਰਮਲ ਜੀ ਚੀਜ਼ ਹੈ, ਪਰ ਆਪਣੇ ਇੰਡੀਆ 'ਚ ਇਹ ਇੱਕ ਨਵੀਂ ਚੀਜ਼ ਹੈ। ਅਤੇ ਮੈਂ ਇਸ ਲਈ ਇੰਡੀਅਨਸ ਨੂੰ ਆਪਣੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਸ ਦੇ ਨਾਲ ਇੰਟਰੋਡਿਊਸ ਕਰਾਉਣਾ ਚਾਹੁੰਦਾ ਸੀ, ਇਸ ਲਈ ਮੈਂ ਪਿਛਲੇ ਸਾਲ ਹੋਵਰਬੋਰਡ ਲੈ ਕੇ ਆਇਆ, ਜਿਹੜੇ ਕਿ ਆਰਟੀਫਿਸ਼ਲੀ ਇੰਟੈਲੀਜੈਂਟ ਰੋਬੋਟ ਨੇ। ਇਹਦੇ ਉੱਤੇ ਖੜ੍ਹ ਕੇ ਤੁਸੀਂ ਜਿਸ ਤਰ੍ਹਾਂ ਸੋਚਦੇ ਹੋ ਉਸ ਤਰ੍ਹਾਂ ਹੀ ਚੱਲਦਾ। ਇਸ ਲਈ ਅਸੀਂ ਇਹ ਕਿਹਾ ਸੀ ਉਦੋਂ ਤੁਹਾਨੂੰ ਵੀ ਫਿਊਚਰ ਅਸੀਂ
ਵੀ ਫਿਊਚਰ ਅਸੀਂ ਆਲਰੇਡੀ ਆਜ਼ਾਦ ਕਰਤਾ ਅਤੇ ਲੈ ਕੇ ਆਏ ਹਾਂ। ਇਹਦੇ ਉੱਤੇ ਖੜ ਕੇ ਤੁਸੀਂ ਸੋਚੋਗੇ ਕਿ ਅੱਗੇ ਜਾਣਾ ਅੱਗੇ ਜਾਏਗਾ, ਪਿੱਛੇ ਜਾਣਾ ਪਿੱਛੇ ਜਾਏਗਾ, ਸੱਜੇ ਖੱਬੇ ਗੋਲ ਘੁੰਮਣਾ ਜਿਵੇਂ। ਉਸ ਤੋਂ ਬਾਅਦ ਹੁਣ ਇੱਕ ਸਾਲ ਦੇ ਡਿਊਰਿੰਗ ਕਾਫੀ ਬੱਚਿਆਂ ਨੂੰ ਅਸੀਂ ਇਸ 'ਤੇ ਡਾਂਸ ਸਿਖਾ ਚੁੱਕੇ ਹਾਂ, ਅਸੀਂ ਗੋਲਫ ਇਸ 'ਤੇ ਸ਼ੁਰੂ ਕਰ ਚੁੱਕੇ ਹਾਂ, ਅਸੀਂ ਕ੍ਰਿਕਟ ਇਸ 'ਤੇ ਸ਼ੁਰੂ ਕਰ ਲਿਆ ਅਤੇ ਅਸੀਂ ਇਸ 'ਤੇ ਫੈਸ਼ਨ ਸ਼ੋਅ ਵੀ ਕਰਾਏ ਨੇ। ਮੈਂ ਅਮੈਰੀਕਾ ਦੇ ਵਿੱਚ ਆਈਸ ਹੋਕੀ ਸ਼ੁਰੂ ਹੋਈ ਸੀ, ਉਸ ਤੋਂ ਇੰਸਪਾਇਰ ਹੋ ਕੇ ਇਸ ਦੇ ਉੱਤੇ ਫੈਸ਼ਨ ਸ਼ੋਅ ਕਰਾਤੇ, ਰੈਂਪ ਦੇ ਉੱਤੇ ਮਾਡਲਸ ਨੇ, ਇਸ ਦੇ ਉੱਤੇ ਕੈਟਵਾਕ ਕੀਤੀ ਹੈ। ਉਸ ਤੋਂ ਬਾਅਦ ਕ੍ਰਿਕਟ ਖੇਡੀ ਗਈ, ਗੋਲਫ ਖੇਡੀ ਗਈ, ਉਹ ਸਾਰੇ ਸ਼ੁਰੂ ਕਰਨ ਵਾਲਾ ਮੈਂ ਹੀ ਹਾਂ, ਇਕਲੌਤਾ ਬੰਦਾ ਦੁਨੀਆ ਦੇ ਵਿੱਚ, ਨੋਟ ਓਨਲੀ ਲੁਧਿਆਣਾ, ਨੋਟ ਓਨਲੀ ਹਿੰਦੁਸਤਾਨ, ਦੁਨੀਆ ਦੇ ਵਿੱਚ ਮੈਂ ਪਾਇਨੀਅਰ ਹਾਂ। ਇਸ ਲਈ ਮੈਨੂੰ ਥੋੜ੍ਹਾ ਜਿਹਾ ਆਪਣੇ ਆਪ 'ਤੇ ਬੜਾ ਪ੍ਰਾਊਡ ਫੀਲ ਹੁੰਦਾ ਅਤੇ ਮੈਂ ਇੱਕ ਚੀਜ਼ ਦੀ ਬੜੀ ਖੁਸ਼ੀ ਵੀ ਮਹਿਸੂਸ ਕਰਦਾ ਕਿ ਮੈਂ ਹਿੰਦੁਸਤਾਨ ਵਾਸੀਆਂ ਨੂੰ ਇੱਕ ਚੀਜ਼ ਦੇ ਸਕਿਆ। ਇਹ ਇੱਕ ਪਰਸਨਲ ਮੋਬਿਲਿਟੀ ਸੋਲਿਊਸ਼ਨ ਹੈ। ਅੱਜ ਕੱਲ੍ਹ ਆਪਾਂ ਨੂੰ ਕੀ ਹੈ ਕਿ ਆਪਾਂ ਨੇੜੇ ਵੀ ਕਿਤੇ ਜਾਣਾ ਨਾ, ਆਪਾਂ ਕਾਰ ਕੱਢਦੇ ਹਾਂ, ਸਕੂਟਰ ਕੱਢਦੇ ਹਾਂ, ਇੱਕ ਤਾਂ ਪੈਟਰੋਲ ਫੁੱਕਦਾ, ਠੀਕ ਹੈ, ਇੱਕ ਉਦੋਂ ਬਾਅਦ ਪੋਲਿਊਸ਼ਨ ਹੁੰਦਾ, ਇੱਕ ਉਹਦੇ ਨਾਲ ਨਾ ਟ੍ਰੈਫਿਕ ਜਾਮ ਵੀ ਲੱਗਦੇ ਨੇ। ਇਸ ਲਈ ਅਸੀਂ ਇੱਕ ਬੜਾ ਛੋਟਾ ਜਿਹਾ ਕੰਪੈਕਟ ਜਿਹਾ ਸੋਲਿਊਸ਼ਨ ਲਿਆ, ਅਡੈਪਟਰ ਨਾਲ ਆਉਂਦੇ, ਚਾਰਜ ਕਰੋ, ਕੋਈ ਖਰਚਾ ਨਹੀਂ, ਜ਼ੀਰੋ ਮੇਨਟੇਨੈਂਸ, ਜ਼ੀਰੋ ਰਨਿੰਗ ਕੋਸਟ, ਇੱਕ ਘੰਟਾ ਲੱਗਦਾ ਚਾਰਜ ਕਰਨ ਨੂੰ, 3-3.5 ਘੰਟੇ ਚੱਲਦਾ, ਤੁਸੀਂ ਕਿਤੇ ਚਲਾਓ, ਰੋਡ 'ਤੇ ਚਲਾਓ, ਪਾਰਕ ਚਲਾਓ, ਘਾਹ 'ਤੇ ਚਲਾਓ, ਪੇਵਮੈਂਟ 'ਤੇ ਚਲਾਓ, ਘਰ ਦੇ ਅੰਦਰ ਚਲਾਓ, ਨੇੜੇ ਤੇੜੇ ਦੇ ਡਿਸਟੈਂਸ ਇਸ 'ਤੇ ਕਰੋ। ਵੱਡੀ ਗੱਲ ਹੈ ਕਿ ਤੁਹਾਡਾ ਜਿਹੜਾ 80 ਰੁਪਏ ਲੀਟਰ ਤੇਲ ਵੀ ਬਚ ਗਿਆ ਤੁਹਾਡਾ, ਅਤੇ ਨਾਲ ਹੀ ਨਾਲ ਜਿਹੜਾ ਹੈਗਾ ਸਮਾਂ ਵੀ ਬਚਿਆ, ਔਰ ਨਾਲ ਹੀ ਨਾਲ ਪੋਲਿਊਸ਼ਨ ਫਰੀ, ਯਾਨੀ ਕਿ ਨਾ ਤੁਸੀਂ ਆਪਣੇ ਆਪ ਨੂੰ ਕੋਈ ਬਿਮਾਰੀ ਲਗਵਾ ਰਹੇ ਹੋ, ਨਾ ਕਿਸੇ ਨੂੰ ਦੇ ਰਹੇ ਹੋ। ਬਿਲਕੁਲ ਜੀ, ਬਿਲਕੁਲ, ਇਸੇ ਵਾਸਤੇ ਤਾਂ ਅਸੀਂ ਇਸ ਨੂੰ ਅਸੀਂ ਗ੍ਰੀਨ ਸੋਲਿਊਸ਼ਨ ਕਹਿੰਦੇ ਹਾਂ, ਅਸੀਂ ਗ੍ਰੀਨ ਸੋਲਿਊਸ਼ਨ ਦੀ ਕੈਟਾਗਰੀ 'ਚ ਵੀ ਆਏ ਹਾਂ। ਅਸੀਂ ਇਸ ਵਾਸਤੇ ਸਾਨੂੰ IIT ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਗਵਰਨਮੈਂਟ ਆਫ ਇੰਡੀਆ ਤੋਂ ਅਵਾਰਡ ਵੀ ਮਿਲਿਆ ਕਿ ਇੱਕ ਅਸੀਂ ਬੜਾ ਵਧੀਆ ਗ੍ਰੀਨ ਸੋਲਿਊਸ਼ਨ, ਜਿਹੜਾ ਕਿ ਕਿਸੇ ਚੀਜ਼ 'ਤੇ ਡਿਪੈਂਡੈਂਟ ਨਹੀਂ, ਜਿਹਦਾ ਕੋਈ ਖਰਚਾ ਨਹੀਂ, ਅਤੇ ਅਸੀਂ ਉਹ ਇੰਡੀਆ ਦੇ ਵਿੱਚ ਲੈ ਕੇ ਜਿਹਦੇ ਨਾਲ ਪੋਲਿਊਸ਼ਨ ਵੀ ਘੱਟ ਰਿਹਾ ਅਤੇ ਲੋਕਾਂ ਨੂੰ ਮੋਬਿਲਿਟੀ ਸੋਲਿਊਸ਼ਨ ਵੀ ਦੇ ਰਹੇ ਹਾਂ ਅਤੇ ਇੱਕ ਐਂਟਰਟੇਨਮੈਂਟ ਦਾ ਸਾਧਨ ਵੀ ਦੇ ਰਹੇ ਹਾਂ, ਨਾਲ ਨਾਲ ਨੌਲੇਜ ਵੀ ਦੇ ਰਹੇ ਹਾਂ। ਅਸੀਂ ਡਿਊਰਿੰਗ ਸਾਨੂੰ ਹੁਣ 2 ਸਾਲ ਹੋਣ ਵਾਲੇ ਨੇ, ਉਹ 2 ਸਾਲ ਕਰਕੇ ਅਸੀਂ ਨਵਾਂ ਪ੍ਰੋਡਕਟ ਲੈ ਕੇ, ਜਿਹੜਾ ਆਪਾਂ ਹੁਣ ਤੁਹਾਨੂੰ ਦੱਸੂਗਾ ਮੈਂ ਅੱਗੇ, ਅਤੇ ਹੁਣ ਅਸੀਂ ਪਿੱਛੇ ਜੇ ਬੱਚਿਆਂ ਨੂੰ ਫਰੀ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਰੋਬੋਟਸ ਦੀਆਂ ਕਲਾਸਾਂ ਵੀ ਦੇ ਰਹੇ ਹਾਂ, ਅਸੀਂ ਕੋਈ ਚਾਰਜਿਸ ਨਹੀਂ ਲੈਂਦੇ, ਉਹਦੇ ਸਰਟੀਫਿਕੇਟ ਵੀ ਦੇ ਰਹੇ ਹਾਂ, ਉਹ ਵੀ ਫਰੀ ਆਫ ਕੋਸਟ, ਸਿਰਫ ਆਊਟ ਆਫ ਪੈਸ਼ਨ ਸਾਨੂੰ ਹੁੰਦਾ ਵੀ ਅਸੀਂ ਨੌਲੇਜ ਲੋਕਾਂ 'ਚ ਵੰਡੀਏ। ਬਿਲਕੁਲ, ਸੋ ਤੁਸੀਂ ਨਾਲ ਹੀ ਨਾਲ ਜਿਹੜਾ ਲੁਧਿਆਣਾ ਦਾ ਪਹਿਲਾ ਕਿਡਸ ਕਲੱਬ ਹੈ, ਪੰਜਾਬੀ ਰੌਕ ਸਟਾਰ ਕਿਡਸ ਕਲੱਬ, ਉਹਦੇ ਵੀ ਐਜ਼ ਏ ਆਫੀਸ਼ੀਅਲ ਪਾਰਟਨਰ ਜੁੜੇ ਹੋ, ਸੋ ਉਹਦੇ 'ਚ ਬੱਚਿਆਂ ਨੂੰ ਤੁਸੀਂ ਕੀ ਦੱਸੋਗੇ? ਸਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਪੰਜਾਬੀ ਰੌਕ ਸਟਾਰ ਕਿਡਸ ਕਲੱਬ ਹੈ ਉਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਪਹਿਲਾਂ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਕੀਤਾ ਹੀ ਪੈਸ਼ਨ ਲਈ ਹੈ, ਪੈਸ਼ਨ ਵੀ ਕਿੱਧਰ ਬੱਚਿਆਂ ਲਈ, ਅਤੇ ਉਹ ਸਾਰਾ ਕਲੱਬ ਹੀ ਬੱਚਿਆਂ ਨੂੰ ਡੈਡੀਕੇਟਡ ਹੈ, ਸਾਰੇ ਪੰਜਾਬ ਦੇ ਬੱਚਿਆਂ ਨੂੰ ਉਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋਈ। ਉਹਦੇ ਵਿੱਚ ਅਸੀਂ ਬੱਚਿਆਂ ਨੂੰ ਇੱਕ ਤਾਂ ਸਭ ਤੋਂ ਪਹਿਲਾਂ ਇਹੀ ਕਹਿੰਦੇ ਕਿ ਸਾਡੇ ਵੱਲੋਂ ਉਹਨਾਂ ਨੂੰ ਹੋਵਰਬੋਰਡ ਰਾਈਡਸ ਕੰਪਲੀਮੈਂਟਰੀ ਨੇ, ਜਿਵੇਂ ਮਰਜ਼ੀ ਚਲਾਉਣ, ਕਿਉਂ ਅਸੀਂ ਇਹ ਚਾਹੁੰਦੇ ਕਿ ਜਿਹੜੀ ਫਿਊਚਰ ਟੈਕਨੋਲੋਜੀ ਹੈ ਨਾ, ਇਹ ਸਾਡੀ ਆਪਣੀ ਅਪਕਮਿੰਗ ਜਨਰੇਸ਼ਨ ਨੂੰ ਪਤਾ ਲੱਗੇ, ਕਿਉਂਕਿ ਫਿਊਚਰ ਉਹੀ ਨੇ, ਉਹਨਾਂ ਨੇ ਟੈਕਨੋਲੋਜੀ ਦਾ ਪਤਾ ਲੱਗੇ, ਉਹ ਇਹ ਚੀਜ਼ਾਂ ਨੂੰ ਇੰਜੋਏ ਕਰਨ, ਇਹ ਚੀਜ਼ਾਂ ਨੂੰ ਸਮਝਣ, ਨਾਲ ਅਸੀਂ ਉਹਨਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਕਲਾਸਿਸ ਵੀ ਇੰਪਾਰਟ ਕਰਦੇ ਹਾਂ ਕਿ ਰੋਬੋਟਸ ਕੀ ਹੁੰਦੇ ਨੇ, ਉਹ ਕਿਵੇਂ ਓਪਰੇਟ ਕਰਦੇ ਨੇ, ਕਿਵੇਂ ਬਣਦੇ ਨੇ ਆਰਟੀਫਿਸ਼ਲ ਇੰਟੈਲੀਜੈਂਸ, ਉਹਨਾਂ ਨੂੰ ਵੀ ਅਸੀਂ ਉਹੀ ਨਾਲ ਸਰਟੀਫਾਈ ਕਰਦੇ ਹਾਂ। ਕੋਈ ਚਾਰਜਿਸ ਨਹੀਂ ਹੈਗੇ, ਸਿਰਫ ਸਾਨੂੰ ਹੁੰਦਾ ਨੌਲੇਜ ਵੰਡੀ ਹੈ, ਟੈਕਨੋਲੋਜੀ ਵੰਡੀ ਹੈ, ਉਹਨਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਸਿਖਾਈ ਹੈ। ਵਾਹ ਜੀ ਵਾਹ। ਸੋ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਕਿ ਇਹਦੇ 'ਚ ਆਪਣਾ ਬਲੂਟੁੱਥ ਦੱਸਿਆ ਕਿ ਬਲੂਟੁੱਥ ਦਾ ਅਸੀਂ ਬਕਾਇਦਾ ਜਿਵੇਂ ਤੁਸੀਂ ਕਿਹਾ ਸਮਾਨ ਲੈਣ ਜਾ ਸਕਦੇ ਹੋ, ਪੋਲਿਊਸ਼ਨ ਫਰੀ ਹੈ, ਲੇਕਿਨ ਆਪਣਾ ਤੁਸੀਂ ਇੱਕ ਇੰਟਰਟੇਨਮੈਂਟ ਦਾ ਵਧੀਆ ਸਾਧਨ ਸੀਗਾ ਕਿ ਤੁਸੀਂ ਇਹਨੂੰ ਬਲੂਟੁੱਥ ਨਾਲ ਆਪਣੇ ਮੋਬਾਈਲ ਨਾਲ ਜਿਹੜੇ ਵੀ ਤੁਸੀਂ ਪਸੰਦੀਦਾ ਗਾਣੇ ਹੈਗੇ ਨੇ ਉਹ ਸੁਣਦੇ ਵੀ ਜਾ ਸਕਦੇ ਸੀ। ਹਾਂਜੀ, ਇਹਨੂੰ ਤੁਸੀਂ ਕੀ ਕਰੋ, ਦੇਖੋ ਇੱਕ ਤਾਂ ਜੀ ਇਸ ਦੇ ਮੂਹਰੇ ਹੈਡਲਾਈਟਾਂ ਲੱਗੀਆਂ ਨੇ, ਇਹ ਪ੍ਰੋਪਰ ਆਟੋਮੋਬਾਈਲ ਕੈਟਾਗਰੀ ਦਾ ਪ੍ਰੋਡਕਟ ਹੈ, ਹੈਡਲਾਈਟਾਂ ਨੇ, ਜਦੋਂ ਤੁਸੀਂ ਇਹਨੂੰ ਚਲਾਉਂਦੇ ਹੋ ਮੂਹਰੇ ਹੈਡਲਾਈਟਾਂ ਲਿਟ ਹੁੰਦੀਆਂ, ਤੁਸੀਂ ਟਰਨ ਲੈਂਦੇ ਹੋ, ਟਰਨ ਦਾ ਇੰਡੀਕੇਟ ਵੀ ਕਰਦੀਆਂ ਨੇ, ਇਹਦੇ ਦੋਨੋਂ ਸਾਈਡ 'ਤੇ ਰੈੱਡ ਗ੍ਰੀਨ ਬਲੂ ਕਲਰ ਚੇਂਜਿੰਗ ਲਾਈਟਸ ਨੇ, ਜਿਹੜਾ ਕਿ ਇੱਕ ਔਰਾ ਨੂੰ ਹੋਰ ਵਧਾ ਦਿੰਦਾ ਪ੍ਰੋਡਕਟ ਦੇ। ਪਲੱਸ ਇਹ 'ਚ ਬਲੂਟੁੱਥ ਹੈ, ਤੁਸੀਂ ਬਲੂਟੁੱਥ ਨਾਲ ਕਨੈਕਟ ਕਰਕੇ ਮੋਬਾਈਲ ਦੇ ਉੱਤੇ ਇਸ 'ਤੇ ਗਾਣੇ ਸੁਣ ਸਕਦੇ ਹੋ। ਹੁਣ ਦੇਖੋ ਕਿੰਨੇ ਬੱਚੇ ਨੇ ਜਿਹੜੇ ਇਸ 'ਤੇ ਡਾਂਸ ਕਰਦੇ ਨੇ, ਸਾਡੇ ਤੋਂ 2 ਲੈ ਕੇ ਗਏ ਨੇ ਬੱਚੇ, ਉਹਨਾਂ ਨੇ ਇਸ 'ਤੇ ਕਥਕ ਪਰਫਾਰਮ ਕੀਤਾ, ਉਹ ਕਥਕ ਉਹਨਾਂ ਨੇ ਇਸੇ ਦੇ ਉੱਤੇ ਗਾਣੇ ਲਗਾ ਕੇ ਇਸੇ ਦੇ ਉੱਤੇ ਕਥਕ ਪਰਫਾਰਮ ਕੀਤਾ, ਜਿਹੜੇ ਕਿ ਬਹੁਤ ਵੱਡੀ ਗੱਲ ਹੈ ਕਿ ਕਲਾਸੀਕਲ ਡਾਂਸ ਕਰਨਾ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਹਿਪ ਹੌਪ ਡਾਂਸ ਹੈ ਜਾਂ ਰੋਬੋਟਿਕਸ ਆ, ਉਹ ਥੋੜ੍ਹਾ ਈਜ਼ੀ ਹੈ ਕਰਨਾ, ਪਰ ਕਥਕ ਇਹਦੇ ਉੱਤੇ ਪਰਫਾਰਮ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਸਾਨੂੰ ਵੀ ਬੜਾ ਪ੍ਰਾਊਡ ਫੀਲ ਹੋਇਆ, ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਇਸ 'ਤੇ ਇਹ ਚੀਜ਼ ਕੀਤੀ ਹੈ, ਤਾਂ ਇਸ ਕਰਕੇ ਇਹ ਮੋਬਿਲਿਟੀ ਦੇ ਨਾਲ ਨਾਲ ਇੱਕ ਐਂਟਰਟੇਨਮੈਂਟ ਦਾ ਸਾਧਨ ਵੀ ਬਣ ਗਿਆ, ਪਲੱਸ ਇਹ ਇੱਕ ਐਸਾ ਸੋਲਿਊਸ਼ਨ ਵੀ ਬਣ ਚੁੱਕਿਆ ਕਿ ਜਿੱਥੇ ਤੁਹਾਡੀ ਬਾਈਕ ਜਾਂ ਤੁਹਾਡਾ ਸਕੂਟਰ ਜਾਂ ਤੁਹਾਡਾ ਆਪਣਾ ਕਾਰ ਜਾਣੀ ਮੁਸ਼ਕਿਲ ਹੈ, ਉੱਥੇ ਤੁਸੀਂ ਇਸ 'ਤੇ ਜਾ ਸਕਦੇ ਹੋ। ਬੜਾ ਕੰਪੈਕਟ ਜਿਹਾ, ਛੋਟਾ ਜਿਹਾ ਤੁਸੀਂ ਖੜ੍ਹੇ ਹੋਏ ਗਏ, ਅਤੇ ਸਭ ਤੋਂ ਵੱਡਾ ਇਹਦਾ ਐਡਵਾਂਟੇਜ ਕੀ ਹੈ ਕਿ ਤੁਸੀਂ ਇਸ ਨੂੰ ਜਦੋਂ ਲੈ ਕੇ ਕਿਸੇ ਬਾਹਰ ਵੀ ਚੱਲੇ, ਆਪਣੀ ਕਾਰ 'ਚ ਗਏ, ਕਾਰ ਤੁਸੀਂ ਪਾਰਕਿੰਗ 'ਚ ਲਾਈ, ਉਸ ਤੋਂ ਬਾਅਦ ਇਸ 'ਤੇ ਚੜ੍ਹ ਗਏ, ਇਹਦੇ ਨਾਲ ਇੱਕ ਕੈਰੀ ਬੈਗ ਆਉਂਦਾ, ਕੈਰੀ ਬੈਗ ਨੂੰ ਇਸ 'ਤੇ ਲੈ ਕੇ ਜਿਵੇਂ ਤੁਸੀਂ ਆਪਣਾ ਨੋਰਮਲ ਲਗੇਜ ਕੈਰੀ ਕਰਦੇ ਸ਼ੋਲਡਰ 'ਤੇ, ਉਵੇਂ ਤੁਸੀਂ ਉਹਨੂੰ ਕੈਰੀ
ਅੱਗੇ ਕੀ ਇੱਕ ਬੜਾ ਵੱਡਾ ਸਵਾਲ ਤੁਹਾਡੇ ਸਾਹਮਣੇ ਖੜਾ ਹੁੰਦਾ, ਕਿਉਂਕਿ ਇਹ ਫਿਊਚਰ ਹੈ, ਠੀਕ ਹੈ ਫਿਊਚਰ ਹੈ ਆਉਣ ਵਾਲੇ 2-4 ਸਾਲ 5 ਸਾਲ, ਪਰ ਉਸ ਤੋਂ ਅੱਗੇ ਦਾ ਵੀ ਤੁਹਾਨੂੰ ਸੋਚਣਾ। ਅਸੀਂ ਇਸ ਲਈ ਉਸ ਤੋਂ ਅੱਗੇ ਦਾ ਸੋਚਿਆ, ਉਸ ਤੋਂ ਅੱਗੇ ਦਾ ਸੋਚ ਕੇ ਅਸੀਂ ਇੱਕ ਆਪਣਾ ਨਵਾਂ ਮਿੰਨੀ ਬੋਟ ਲੈ ਕੇ ਆਏ ਹਾਂ। ਮਿੰਨੀ ਬੋਟ ਵਰਡ ਕਿੱਥੋਂ ਆਇਆ, ਹੁਣ ਤੁਸੀਂ ਮੈਨੂੰ ਇਹ ਕੁਸ਼ਚਨ ਪੁੱਟ ਕੀਤਾ। ਇਹਦੇ ਉੱਤੇ ਇੱਕ ਹੈਂਡਲ ਲੱਗਿਆ ਜਿਹੜਾ ਕਿ ਬੜਾ ਕੰਪੈਕਟ ਹੈਂਡਲ ਹੈ, ਇੱਕ ਹੈਂਡਲ ਹੈ ਸਿਰਫ ਤੁਹਾਡੀ ਨੀ ਹਾਈਟ ਦਾ। ਇਹਦਾ ਇੱਕ ਟੈਕਨੀਕਲ ਐਡਵਾਂਟੇਜ ਆ, ਉਹ ਇਹ ਹੈ ਕਿ ਜਦੋਂ ਫੁੱਲ ਹੈਂਡਲ ਹੁੰਦਾ ਨਾ, ਤੁਸੀਂ ਉਸ ਦੇ ਉੱਤੋਂ ਫਰੰਟ ਤੋਂ ਨਹੀਂ ਨਿਕਲ ਸਕਦੇ, ਰਾਈਟ? ਉਸ ਦੇ ਨਾਲ ਕਈ ਵਾਰੀ ਤੁਹਾਨੂੰ ਇੰਜਰੀ ਹੋਣ ਦਾ ਡਰ ਰਹਿੰਦਾ, ਪਰ ਇਹ ਤੁਹਾਡੀ ਨੀ ਹਾਈਟ ਦਾ, ਇਹ ਇੱਕ ਯੂਨੀਵਰਸਲ ਡਿਵਾਈਸ ਬਣਾ ਦਿੰਦਾ, ਤੁਸੀਂ ਅੱਗੇ ਪਿੱਛੇ ਕਿਵੇਂ ਵੀ ਚੱਲੋ। ਔਰ ਇਹ ਤੁਹਾਡਾ ਨੀ ਨਾਲ ਓਪਰੇਟ ਹੁੰਦਾ, ਬੜਾ ਸੈਂਸਿਟਿਵ ਹੈ, ਇਸ 'ਤੇ ਖੜ ਕੇ ਇਸ 'ਤੇ ਵੀ ਤੁਸੀਂ ਜਿਵੇਂ ਸੋਚਦੇ ਹੋ ਅੱਗੇ ਪਿੱਛੇ ਹੋਵੇ ਜਾਂਦਾ। ਨੀ ਨੂੰ ਤੁਸੀਂ ਹਲਕਾ ਜਿਹਾ ਇਸ ਦੇ ਨਾਲ ਟੱਚ ਕਰੋਗੇ ਲੈਫਟ ਸਾਈਡ ਨੂੰ, ਇਹ ਲੈਫਟ ਜਾਏਗਾ, ਰਾਈਟ ਸਾਈਡ ਨੂੰ ਟੱਚ ਕਰੋਗੇ ਇਹ ਰਾਈਟ ਸਾਈਡ ਜਾਏਗਾ। ਅਤੇ ਇਸ ਕਰਕੇ ਇਹ ਆਪਣੇ ਆਪ 'ਚ ਹੀ ਇੱਕ ਬਹੁਤ ਜ਼ਬਰਦਸਤ ਡਿਵਾਈਸ ਹੈ। ਅਤੇ ਤੁਸੀਂ ਜਿਸ ਤਰ੍ਹਾਂ ਮੈਨੂੰ ਪੁੱਛਿਆ ਫਿਊਚਰ ਦਾ ਫਿਊਚਰ ਕਿਸ ਤਰ੍ਹਾਂ, ਇਹਦੇ ਉੱਤੇ ਆਪਾਂ ਖੜ੍ਹੇ ਹੁੰਦੇ ਸੀ, ਇਹਦੇ ਉੱਤੇ ਖੜ੍ਹੇ ਹੋ ਕੇ ਆਪਾਂ ਸੋਚਦੇ ਸੀ, ਚੱਲਦੇ ਸੀ, ਠੀਕ ਹੈ ਜੀ। ਪਰ ਇਹਦੇ 'ਚ ਛੋਟੇ ਛੋਟੇ ਜਿਹੇ ਜਿਹੜੇ ਉਹ ਸੀ, ਜਿਵੇਂ ਹੁਣ ਤੁਸੀਂ ਉਹਨੂੰ ਘਰ ਦੇ ਅੰਦਰ ਚਲਾ ਲਓ, ਬਿਲਕੁਲ ਪਲੇਨ ਸਰਫੇਸ 'ਤੇ ਚਲਾ ਲਓ, ਘਾਹ 'ਤੇ ਚਲਾ ਲਓ, ਵੈਲ ਐਂਡ ਗੁੱਡ। ਬਟ ਉਹੀ ਗੱਲ ਜਦੋਂ ਹੁਣ ਇਹ ਡਿਵਾਈਸ ਚਲਾਏਗੀ, ਸਾਡੇ ਕੋਲ ਕਈ ਅਸੀਂ ਆਫ ਰੋਡਿੰਗ ਵੀ ਕਰਨੀ ਹੈ, ਅਸੀਂ ਇਹਨੂੰ ਪਹਾੜਾਂ 'ਚ ਵੀ ਚਲਾਉਣਾ, ਅਸੀਂ ਇਹਨੂੰ ਗੋਲਫ ਖੇਡਦੇ ਹੋਏ ਵੀ ਚਲਾਉਣਾ, ਅਸੀਂ ਇਹਨੂੰ ਬਿਲਕੁਲ ਸਮੂਥਲੀ ਚਲਾਉਣਾ। ਇਸ ਲਈ ਅਸੀਂ ਇਹਨੂੰ ਫਿਊਚਰ ਆਫ ਫਿਊਚਰ ਇਸ ਲਈ ਆਖਿਆ, ਇਹ ਆਲ ਟਰੇਨ ਵਹੀਕਲ ਹੈ। ਆਲ ਟਰੇਨ ਮਤਲਬ ਇਹਨੂੰ ਕਿਤੇ ਵੀ ਚਲਾਓ ਬਿਨਾਂ ਸੋਚੇ। ਇਹਦੇ ਟਾਇਰਸ ਨੇ ਜਿਹੜੇ ਹਵਾ ਵਾਲੇ ਨੇ, ਇਹਨਾਂ 'ਚ ਹਵਾ ਭਰਦੀ ਹੈ, ਜਿਵੇਂ ਆਪਾਂ ਐਕਟੀਵਾ ਦੇ ਵਿੱਚ, ਬਾਈਕ ਦੇ ਵਿੱਚ, ਕਾਰ ਦੇ ਵਿੱਚ ਹਵਾ ਭਰਦੇ ਹਾਂ ਟਾਇਰਾਂ 'ਚ, ਉਵੇਂ ਇਸ 'ਤੇ ਇਹਦੀ ਗਰਾਊਂਡ ਕਲੀਅਰੈਂਸ ਬਹੁਤ ਜ਼ਿਆਦਾ, ਤੁਸੀਂ ਦੇਖ ਸਕਦੇ ਹੋ ਤਾਂ ਗਰਾਊਂਡ ਦਾ ਡਿਫਰੈਂਸ ਇਹਦਾ ਅਤੇ ਉਹਦਾ ਬਹੁਤ ਜ਼ਿਆਦਾ ਹੈ। ਇਹਦੇ 'ਚ ਇੰਨਾ ਡਿਫਰੈਂਸ, ਇਹਦੇ 'ਚ ਇੰਨਾ ਡਿਫਰੈਂਸ, ਇਸ ਕਰਕੇ ਇਹਨੂੰ ਕਿਤੇ ਵੀ ਚਲਾਓ। ਪਲੱਸ ਇਹਦੇ ਫਰੰਟ 'ਤੇ ਜਿਹੜੀਆਂ ਲਾਈਟਸ ਲੱਗੀਆਂ ਨੇ, ਉਹਦੀ ਜਿਹੜੀ ਰੇਂਜ ਆ 100 ਮੀਟਰ ਦੀ ਰੇਂਜ ਹੈ। ਰਾਤ ਨੂੰ ਤੁਹਾਨੂੰ ਪ੍ਰੋਪਰ ਕਾਰ ਤੋਂ ਵੀ ਜ਼ਿਆਦਾ ਰੋਸ਼ਨੀ ਰੋਡ ਦੇ ਉੱਤੇ ਮਿਲੇਗੀ। ਪਲੱਸ ਇਹਦੇ ਬੈਕਡ੍ਰੋਪ 'ਤੇ ਵੀ ਲਾਈਟਾਂ ਨੇ ਜਿਹੜੀਆਂ ਕਿ ਕਲਰ ਚੇਂਜ ਕਰਦੀਆਂ ਨੇ। ਅਤੇ ਇਸ ਨੂੰ ਤੁਸੀਂ ਆਲ ਟਰੇਨ ਕਿਤੇ ਵੀ ਚਲਾਓ। ਮਿੰਨੀ ਬੋਟ ਨਾਮ ਮੈਂ ਤੁਹਾਨੂੰ ਦੱਸਿਆ ਕਿੱਥੋਂ ਆ, ਵੀ ਇਹਦਾ ਹੈਂਡਲ ਹੈ ਜਿਹੜਾ ਮਿੰਨੀ ਹੈ, ਮਿੰਨੀ ਉੱਥੋਂ ਨਾਮ ਆਇਆ। ਬੋਟ ਆਪਾਂ ਕਹਿੰਦੇ ਜਿਹੜੇ ਰੋਬੋਟਸ ਹੁੰਦੇ ਨੇ, ਉਹਨਾਂ ਨੂੰ ਬੋਟ ਕਿਹਾ ਜਾਂਦਾ ਅੱਜ ਕੱਲ੍ਹ ਦੀ ਅਰਬਨ ਲੈਂਗੁਏਜ ਦੇ ਵਿੱਚ। ਇਸ ਕਰਕੇ ਇਹਦਾ ਨਾਮ ਹੈ ਮਿੰਨੀ ਬੋਟ। ਹੋਵਰ ਰੋਬੋਟਿਕਸ ਵੱਲੋਂ ਇਹ ਮਿੰਨੀ ਬੋਟ ਸਾਡਾ ਲਾਂਚ ਕੀਤਾ ਜਾ ਰਿਹਾ 17 ਸਤੰਬਰ 2017 ਨੂੰ, ਜਦੋਂ ਸਾਡੀ ਸੈਕਿੰਡ ਐਨਵਰਸਰੀ ਹੈ। ਉਸ ਦਿਨ ਅਸੀਂ ਆਪਣੇ 2 ਸਾਲ ਪੂਰੇ ਕਰਾਂਗੇ, ਸਾਡਾ 3ਰਾ ਸਾਲ ਸ਼ੁਰੂ ਹੋਏਗਾ, ਉਸ 'ਤੇ ਅਸੀਂ ਇਹਨੂੰ ਆਫਿਸ਼ਲੀ ਲਾਂਚ ਕਰ ਰਹੇ ਹਾਂ। ਬਿਲਕੁਲ, ਸਭ ਤੋਂ ਵੱਡੀ ਗੱਲ ਹੈਗੀ ਕਿ ਜਿੱਦਾਂ ਕਿ ਅਸੀਂ ਹਮੇਸ਼ਾ ਆਪਣੇ ਦਰਸ਼ਕਾਂ ਨੂੰ ਦੱਸਿਆ ਹੈਗਾ ਕਿ ਇਹਦੇ 'ਚ ਫਿਰ ਵੀ ਜ਼ਿਆਦਾਤਰ ਜਿਹੜੇ ਹੈਗੇ ਨੇ ਇਹਦੇ ਚਾਹ ਵਨ ਹੋਵਰ ਰੋਬੋਟਿਕਸ ਦੇ, ਉਹ ਡਰਦੇ ਹੁੰਦੇ ਸੀ ਯਾਰ ਕਿਤੇ ਅਸੀਂ ਗਿਰ ਨਾ ਜਾਈਏ, ਲੇਕਿਨ ਇਹਦੇ 'ਚ 100% ਹੈ ਕਿ ਬਿਲਕੁਲ ਡਰਨ ਦੀ ਲੋੜ ਨਹੀਂ, ਕਿ ਅੱਖਾਂ ਬੰਦ ਕਰਕੇ ਵੀ ਖੜ੍ਹੇ ਹੋਏ ਤੁਹਾਨੂੰ ਨੀਚੇ ਗਿਰਨ ਨਹੀਂ ਦਊਗਾ। ਜਿਹੜਾ ਅਸੀਂ ਫਿਊਚਰ ਲਿਆਏ ਸੀ, ਇਹ ਫਿਊਚਰ ਵੀ ਅਸੀਂ ਬੜੀ ਪਲੈਨਿੰਗ ਨਾਲ ਲਿਆਏ ਸੀ। ਇਹਦੇ ਵਿੱਚ 4 ਮਦਰਬੋਰਡ ਸੀ, ਇਹਦੇ ਅੰਦਰ ਇੱਕ ਸੈਂਟਰਲਾਈਜ਼ਡ CPU ਹੈ, ਜਿਹਨੂੰ ਅਸੀਂ ਮਾਸਟਰ ਬ੍ਰੇਨ ਕਹਿੰਦੇ ਹਾਂ, ਅਤੇ ਲੈਫਟ ਅਤੇ ਰਾਈਟ ਬ੍ਰੇਨ ਸੈਪਰੇਟ ਕਹਿੰਦੇ। ਇਹਦੇ 'ਚ ਕੀ ਹੈ ਕਿ ਸ਼ੁਰੂ ਦੇ 1-1.5 ਮਿੰਟ ਤੁਹਾਨੂੰ ਨਾ ਬੈਲੈਂਸ ਆਪ ਬਣਾਉਣਾ ਪੈਂਦਾ। ਉਹਦੇ ਵਿੱਚ ਕਈ ਵਾਰੀ ਜਿਹੜਾ ਨਵਾਂ ਬੰਦਾ, ਉਹਨੂੰ ਲੱਗਦਾ ਕਿ ਸ਼ਾਇਦ ਮਤਲਬ ਮੇਰਾ ਬੈਲੈਂਸ ਨਹੀਂ ਬਣ ਰਿਹਾ ਥੋੜ੍ਹਾ ਇੱਕ। ਇਹਦੇ ਵਿੱਚ ਕੀ ਚੀਜ਼ ਹੈ ਕਿ ਬੈਲੈਂਸ ਆਟੋਮੈਟਿਕ ਬਣਦਾ, ਇਹ ਵੀ ਸੈਲਫ ਬੈਲੈਂਸਿੰਗ, ਇਹ ਵੀ ਸੈਲਫ ਬੈਲੈਂਸਿੰਗ ਹੈ। ਇਹਦੇ 'ਚ ਕੀ ਹੈ ਕਿ ਇਹ ਥੋੜ੍ਹਾ ਜਿਹਾ ਹੋਰ ਅੱਗੇ ਫਿਊਚਰ ਦਾ, ਅਤੇ ਇਹਦੇ ਉੱਤੇ ਬੈਲੈਂਸ ਆਟੋਮੈਟਿਕ ਹੈ। ਹੈਗੀਆਂ ਦੋਨੋਂ ਡਿਵਾਈਸਿਸ ਸੇਮ ਟੈਕਨੋਲੋਜੀ ਬੇਸ ਨੇ, ਸੋ ਦੋਨੋਂ ਬਹੁਤ ਵਧੀਆ ਨੇ, ਦੋਨੋਂ ਹੀ ਸੇਮ ਪ੍ਰਿੰਸੀਪਲ 'ਤੇ ਚੱਲਦੀਆਂ ਨੇ। ਸਿਰਫ ਥੋੜ੍ਹਾ ਜਿਹਾ ਡਿਫਰੈਂਸ ਇਹ ਹੈ ਕਿ ਇਹਦੇ ਟਾਇਰਸ ਬੜੇ ਹੋਣ ਕਰਕੇ ਅਤੇ ਹਵਾ ਵਾਲੇ ਹੋਣ ਕਰਕੇ ਇਹਨੂੰ ਤੁਸੀਂ ਆਫ ਰੋਡਿੰਗ ਵੀ ਕਰ ਸਕਦੇ, ਬਸ ਇਹਦੀ ਆਫ ਰੋਡਿੰਗ ਨਹੀਂ ਕਰ ਸਕਦੇ। ਦੋਨੋਂ ਦਾ ਆਪਣਾ ਆਪਣਾ ਡਿਫਰੈਂਟ ਕੰਫਰਟ ਜ਼ੋਨ ਹੈ, ਡਿਫਰੈਂਟ ਕੰਫਰਟ ਲੈਵਲ ਹੈ। ਬਿਲਕੁਲ, ਦੋਨਾਂ ਡਿਫਰੈਂਟ ਕੰਫਰਟ ਜ਼ੋਨ ਹੈ ਅਤੇ ਕੰਫਰਟਬਲ ਲੈਵਲ ਹੈ। ਸੋ ਮਜ਼ੇ ਦੀ ਗੱਲ ਹੈ ਵੀ ਕਿ ਇੱਕ ਚੀਜ਼ ਇਹ ਹੁੰਦੀ ਕਿ ਤੁਸੀਂ ਇਹਨੂੰ ਆਪਾਂ ਸੋਚਦੇ, ਜਿੱਦਾਂ ਤੁਸੀਂ ਦੱਸਿਆ ਕਿ ਇਹਨੂੰ ਆਪਣਾ ਹੋਵਰਬੋਰਡ ਨੂੰ ਅਸੀਂ ਜੋ ਮਾਇੰਡ ਥਰੂ ਅਸੀਂ ਸੋਚਾਂਗੇ ਉਵੇਂ ਕਰੇਗਾ, ਲੇਕਿਨ ਇਹਦੇ 'ਚ ਤੁਹਾਨੂੰ ਇੱਕ ਹੋਰ ਪਲੱਸ ਪੁਆਇੰਟ ਮਿਲ ਗਿਆ ਕਿ ਤੁਸੀਂ ਇਹਨੂੰ ਜਿਹੜੇ ਨੀਂਹ ਦੇ ਨਾਲ ਵੀ ਤੁਸੀਂ ਇਹਨੂੰ ਕਿੱਧਰ ਵੀ ਆਪਣਾ ਕਰ ਸਕਦੇ ਹੈਗੇ ਹੋ ਜਿੱਥੇ ਵੀ ਤੁਹਾਨੂੰ ਲੱਗੇ। ਦੇਖੋ, ਗੱਲ ਉਹੀ ਆ ਜਾਂਦੀ ਹੈ, ਇਹਦਾ ਐਡਵਾਂਟੇਜ ਹੈ ਕਿ ਤੁਸੀਂ ਖੜ੍ਹ ਕੇ ਸਿਰਫ ਸੋਚਣਾ, ਕੁਛ ਨਹੀਂ ਕਰਨਾ, ਤੁਹਾਡੇ ਪੈਰ ਵੀ ਫ੍ਰੀ, ਤੁਹਾਡੇ ਹੱਥ ਵੀ ਫ੍ਰੀ, ਤੁਸੀਂ ਸਿਰਫ ਖੜੋ ਔਰ ਸੋਚੋ। ਇਮੈਜਿਨ ਕਰੋ ਪਾਵਰ, ਟੈਕਨੋਲੋਜੀ ਦੀ, ਆਰਟੀਫਿਸ਼ਲ ਇੰਟੈਲੀਜੈਂਸ ਦੀ ਪਾਵਰ, ਕਿ ਤੁਸੀਂ ਇੱਕ ਚੀਜ਼ ਦੇ ਉੱਤੇ ਖੜ੍ਹੇ ਹੋ, ਸੋਚ ਰਹੇ ਹੋ, ਜਿੱਦਾਂ ਤੁਸੀਂ ਸੋਚ ਰਹੇ ਹੋ ਉਸ ਤਰ੍ਹਾਂ ਚੱਲ ਰਹੀ ਹੈ। ਇਹ ਇਸ ਲਈ ਇੱਕ ਆਪਣੇ ਆਪ 'ਚ ਐਸੀ ਡਿਵਾਈਸ ਹੈ, ਇਸ ਲਈ ਅਸੀਂ ਇਸ ਨੂੰ ਫਿਊਚਰ ਕਹਿੰਦੇ ਹਾਂ ਕਿ ਹਜੇ ਤੱਕ ਇਹ ਨਹੀਂ ਆਏ, ਮਤਲਬ ਬਹੁਤ ਲੰਬੇ ਸਮੇਂ ਤੱਕ ਇਸ ਤੋਂ ਅੱਗੇ ਦੀ ਚੀਜ਼ ਆਉਣੀ ਬੜੀ ਹਜੇ ਮੁਸ਼ਕਿਲ ਹੈ। ਇਹਦੇ ਵਿੱਚ ਕੀ ਹੈ ਕਿ ਇਸ ਦੇ ਉੱਤੇ ਖੜ੍ਹ ਕੇ ਤੁਸੀਂ ਅੱਗੇ ਪਿੱਛੇ ਤਾਂ ਸੋਚਣ ਲਈ ਜਾਓਗੇ, ਪਰ ਲੈਫਟ ਰਾਈਟ ਹੋਣ ਲਈ ਤੁਹਾਨੂੰ ਆਪਣੇ ਨੀਜ਼ ਜ਼ਰੂਰ ਯੂਜ਼ ਕਰਨੇ ਪੈਣਗੇ। ਮਤਲਬ ਇਹ ਟ੍ਰੇਡ ਆਫ ਕਹਿ ਲਓ ਟੈਕਨੋਲੋਜੀ ਦਾ, ਵੀ ਜੇ ਤੁਸੀਂ ਹੁਣ ਆਫ ਰੋਡਿੰਗ ਕਰਨੀ ਹੈ ਤਾਂ ਤੁਹਾਨੂੰ ਨਾਲ ਆਪਣੇ ਨੀਜ਼ ਯੂਜ਼ ਕਰਨੇ ਪੈਣਗੇ ਬੜੇ 'ਤੇ, ਪਰ ਇਹਦੇ ਤੋਂ ਤੁਸੀਂ ਫ੍ਰੀ ਹੋ। ਇਹ 360 ਡਿਗਰੀ ਡਿਵਾਈਸ ਹੈ, ਅੱਗਿਓਂ ਚੜ ਜਾਓ, ਪਿੱਛੋਂ ਚੜ ਜਾਓ, 360 ਡਿਗਰੀ ਸਪਿਨ ਕਰ ਲਓ, ਕਿਤੇ ਮਰਜ਼ੀ ਉਤਰ ਜਾਓ, ਪਰ ਇਹਦੇ ਇਹ ਵਨ ਡਾਇਰੈਕਸ਼ਨਲ ਹੈ, ਇੱਕੋ ਹੀ ਪਾਸੇ ਚੜ੍ਹਨਾ, ਉਸੇ ਪਾਸੇ ਆਪਾਂ ਉਤਰਨਾ। ਹਾਂਜੀ ਬਿਲਕੁਲ, ਮੈਂ ਜਿਸ ਤੱਕ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੂੰਗਾ, ਇਹਦਾ ਰੇਟ ਕੀ ਸੀਗਾ? ਇਹਦਾ ਰੇਟ ਜੀ, ਜਦੋਂ
ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਬਲੂਟੂਥ ਦੇ ਨਾਲ ਮਿਊਜ਼ਿਕ ਸੁਣ ਸਕਦੇ ਹੈਗੇ ਹੋ, ਬਟ ਇਹਦੇ ਵਿੱਚ ਨਹੀਂ ਸੁਣ ਸਕਦੇ ਹੈਗੇ ਕਿਉਂਕਿ ਇਹਦੇ ਨਾਲ ਬਲੂਟੂਥ ਅਟੈਚ ਵੀ ਨਹੀਂ ਹੁੰਦਾ। ਇਹਦਾ ਰੀਜ਼ਨ ਕਿਉਂਕਿ ਮਹਿੰਗੇ ਹੋਣ ਦੇ ਬਾਵਜੂਦ ਉਹਨਾਂ ਦਾ ਮਿਊਜ਼ਿਕ ਵਿੱਚ ਨਹੀਂ ਹੈਗਾ। ਇਹ ਇਸ ਤਰ੍ਹਾਂ ਨਹੀਂ ਹੁੰਦਾ ਜੀ ਕਿ ਇਹ ਮਹਿੰਗਾ ਹੈ ਇਹ ਸਸਤਾ ਹੈ, ਵੀ ਇਹਦੇ 'ਚ ਕੀ ਚੀਜ਼ ਹੈ। ਦੇਖੋ ਇਹਦੇ ਵਿੱਚ ਆਪਣੀਆਂ ਚਾਰ ਚੀਜ਼ਾਂ ਨੇ, ਮੈਂ ਤੁਹਾਨੂੰ ਦੱਸਿਆ ਕਿ ਇਹਦਾ ਆਪਣਾ ਕੰਫਰਟ ਜ਼ੋਨ ਹੈ। ਇਹ ਪਰਸਨਲ ਟਰਾਂਸਪੋਰਟ ਮੋਬਿਲਿਟੀ ਵਹੀਕਲ ਹੈ, ਪਲੱਸ ਐਂਟਰਟੇਨਮੈਂਟ ਡਿਵਾਈਸ ਹੈ, ਪਲੱਸ ਸਪੋਰਟਸ ਫੰਕਸ਼ਨ ਲਈ ਹੈ। ਇਹ ਇੱਕ ਪ੍ਰੋਫੈਸ਼ਨਲ ਡਿਵਾਈਸ ਹੈ ਆਪਣੇ ਆਪ 'ਚ। ਮਤਲਬ ਤੁਸੀਂ ਆਫ ਰੋਡਿੰਗ ਕਰਨੀ ਹੈ, ਆਫ ਰੋਡਿੰਗ ਕਰੋ, ਤੁਸੀਂ ਇਹਨੂੰ ਚਾਹੁੰਦੇ ਹੋ ਕਿ ਮੈਂ ਰੋਡ ਦੇ ਉੱਤੇ ਭੱਜਦਾ ਜਾਵਾਂ, ਦੌੜਦਾ ਜਾਵਾਂ ਬੜਾ ਸਮੂਥਲੀ, ਉਸ ਚੀਜ਼ ਲਈ ਬਣਿਆ। ਇਹ ਨਾ ਕਿ ਗਾਣੇ ਵਗੈਰਾ ਸੁਣਨੇ ਨਹੀਂ, ਜੇ ਤੁਸੀਂ ਉਹੀ ਐਂਟਰਟੇਨਮੈਂਟ ਦਾ ਸਾਧਨ ਲੈਣਾ ਤਾਂ ਇਹ ਲਓ, ਇਹਦੇ ਉੱਤੇ ਉਹੀ ਗੱਲ ਐਂਟਰਟੇਨਮੈਂਟ ਦਾ ਸਾਧਨ ਵੀ ਤੁਸੀਂ ਫ੍ਰੀ ਹੋ, 360 ਡਿਗਰੀ ਫਰੰਟ ਬੈਕ ਜਦੋਂ ਮਰਜ਼ੀ ਚੜੋ ਜੋ ਮਰਜ਼ੀ ਕਰੋ। ਇਹ ਇੱਕ ਪ੍ਰੋਫੈਸ਼ਨਲ ਵਹੀਕਲ ਆਪਣੇ ਆਪ 'ਚ, ਵੀ ਇਸ ਦੇ ਉੱਤੇ ਤੁਸੀਂ ਚੜ ਕੇ ਤੁਸੀਂ ਗੋਲਫ ਖੇਡੋ। ਸਵਾਲ ਪੁੱਛਣਾ ਸੀਗਾ ਕਿ ਸਾਡੇ ਜਿਵੇਂ ਦਰਸ਼ਕ ਹੈਗੇ ਨੇ, ਕਹਿੰਦੇ ਅੱਜ ਕੱਲ੍ਹ ਯੂਥ ਜਿਹੜਾ ਹੈਗਾ ਵਾ ਉਹ ਇਹ ਵੀ ਚਾਹੂਗਾ ਕਿ ਫਿਊਚਰ ਦੇ ਵਿੱਚ ਉਹਨਾਂ ਨੂੰ ਜਿਹੜਾ ਇੰਟਰਟੇਨਮੈਂਟ ਨਾਲ ਉਹਨਾਂ ਨੂੰ ਮਿਲਦਾ ਰਹੇ, ਕਿਉਂਕਿ ਇੰਨਾ ਵਧੀਆ ਐਡਵਾਂਸ ਤੁਸੀਂ ਫਿਊਚਰ ਦਾ ਵੀ ਫਿਊਚਰ ਨਾਲ ਲੈ ਕੇ ਆਏ ਹੋ, ਅਤੇ ਕਿੱਥੇ ਵੀ ਉਹ ਜਿਹੜੇ ਪਲੱਸ ਪੁਆਇੰਟ ਆਉਂਦਾ ਉਹ ਨਾਲ ਰਹੇ, ਉਹ ਨਾਲ ਇਸ ਲਈ ਹੈ ਜੀ। ਇਹਦੇ ਵਿੱਚ ਐਂਟਰਟੇਨਮੈਂਟ ਦਾ ਇਸ ਤਰ੍ਹਾਂ ਵੀ ਤੁਸੀਂ ਸੌਂਗਸ ਆਪਣੇ ਚਲਾਓ ਬਾਹਰ, ਅੱਧੂ ਬਾਅਦ ਇਹਦੇ ਉੱਤੇ ਤੁਸੀਂ ਡਾਂਸ ਕਰੋ ਜੋ ਮਰਜ਼ੀ ਕਰੋ। ਇਹਦੇ ਉੱਤੇ ਦੇਖੋ ਲਾਈਟਸ ਲੱਗੀਆਂ, ਕਲਰ ਚੇਂਜਿੰਗ ਲਾਈਟਸ ਨੇ, ਇਹ ਆਪਣੇ ਆਪ 'ਚ ਕਲਰ ਚੇਂਜ ਕਰਦੀਆਂ ਤੱਕ ਮੇਰੇ ਖਿਆਲ ਜਾਂਦੀਆਂ ਇਹਦੀ ਉਹ ਦੂਸਰੇ ਪਾਸੇ ਹੋ, ਟੈਲੀਸਕੋਪਿਕ ਲਾਈਟਸ ਨੇ 100 ਮੀਟਰ ਤੱਕ ਜਾਂਦੀਆਂ। 100 ਮੀਟਰਸ ਮੀਨਸ ਆਲਮੋਸਟ 350 ਫੁੱਟ ਦੀ ਉਹਦੀ ਲਾਈਟ ਦੀ ਰੇਂਜ ਹੈਗੀ ਹੈ, ਜਿਹੜੀ ਕਿ ਬਹੁਤ ਜ਼ਿਆਦਾ। ਅਤੇ ਪਲੱਸ ਉਦੋਂ ਬਾਅਦ ਤੁਸੀਂ ਇਹਨੂੰ ਮੋਬਾਈਲ ਉੱਤੇ ਓਪਰੇਟ ਕਰ ਸਕਦੇ ਹੋ, ਕਲਰ ਚੇਂਜ ਕਰ ਸਕੋ ਮੋਬਾਈਲ 'ਤੇ, ਉਹਨੂੰ ਪ੍ਰੋਗਰਾਮ ਕਰ ਸਕਦੇ, ਇਹਦੀ ਸਪੀਡ ਲਿਮਿਟ ਕਰ ਸਕਦੇ ਹੋ। ਅਸੀਂ ਆਪਣੇ ਦਰਸ਼ਕਾਂ ਨੂੰ ਬਕਾਇਦਾ ਰਿਪੋਰਟ ਦੱਸਿਆ ਸੀਗਾ ਕਿ ਇਸ ਚੀਜ਼ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਇਸ ਚੀਜ਼ ਨੂੰ ਚੱਕਣ ਦੇ ਵਾਸਤੇ ਕਿਸੇ ਨੂੰ ਬੁਲਾਉਣਾ ਨਹੀਂ ਪਏਗਾ ਕਿ ਜਾ ਕੇ ਮਿੰਨੀ ਬੋਰਡ ਚੱਕ ਲਿਆ, ਉਸ ਨਾਲ ਦੇ ਕਮਰੇ ਪਿਆ, ਉੱਪਰ ਪਿਆ ਜਾਂ ਆਪਣਾ ਇੱਧਰ ਪਿਆ, ਬਕਾਇਦਾ ਤੁਸੀਂ ਇਹਨੂੰ ਮੋਬਾਈਲ ਦੇ ਨਾਲ ਓਪਰੇਟ ਕਰਕੇ ਇਹਨੂੰ ਆਪ ਹੀ ਕੋਲ ਬੁਲਾ ਸਕਦੇ ਹੋ। ਹਾਂਜੀ, ਇਹ ਇਸਦਾ ਸਭ ਤੋਂ ਵੱਡਾ ਐਡਵਾਂਟੇਜ ਇਸ ਲਈ ਕੱਢਿਆ, ਇਹਦਾ ਇੱਕ ਇਹ ਹੈ ਕਿ ਜਿਵੇਂ ਹੁਣ ਤੁਸੀਂ ਕਿਤੇ ਬੈਠੇ ਹੋ, ਇਹ ਤੁਹਾਡਾ ਦੂਤ ਕਿਤੇ ਨੇੜੇ ਪਿਆ, ਤੁਸੀਂ ਆਪਣੇ ਮੋਬਾਈਲ ਦੇ ਉੱਤੇ ਹੀ ਚਲਾ ਕੇ ਤੁਸੀਂ ਇਹਨੂੰ ਬੁਲਾ ਸਕਦੇ। ਅਸੀਂ ਇੰਸਪਾਇਰ ਹੋਏ, ਜੇਮਸ ਬੌਂਡ ਦੀ ਮੂਵੀ ਆਈ ਸੀ ਇੱਕ, ਉਹਨੇ ਉਸ ਮੂਵੀ ਦੇ ਵਿੱਚ ਕਾਰ ਸੀਗੀ ਉਹਦੇ ਕੋਲ, ਉਹ ਉਸਨੂੰ ਕਾਰ ਨੂੰ ਇਸ ਦੇ ਉੱਤੇ ਚਲਾਉਂਦਾ ਸੀ, ਅਤੇ ਅਸੀਂ ਉਸ ਤੋਂ ਇੰਸਪਾਇਰ ਹੋ ਕੇ ਅਸੀਂ ਇਹ ਪ੍ਰੋਡਕਟ ਬਣਾਇਆ ਕਿ ਤੁਸੀਂ ਇਹਨੂੰ ਫਿੰਗਰਸ ਨਾਲ ਆਪਣੇ ਮੋਬਾਈਲ ਦੇ ਉੱਤੇ ਚਲਾ ਕੇ ਆਪਣੇ ਕੋਲ ਬੁਲਾ ਸਕਦੇ। ਦੂਸਰਾ ਐਡਵਾਂਟੇਜ ਕੀ ਹੈ, ਕਈ ਵਾਰੀ ਤੁਸੀਂ ਮੰਨ ਲਓ ਔਨ ਫੀਲਡ ਹੋ, ਕੋਈ ਐਸੀ ਜਗ੍ਹਾ 'ਤੇ ਹੋ ਜਿੱਥੇ ਤੁਸੀਂ ਕੋਈ ਕੰਮ ਜਾਂ ਵੀਡੀਓ ਬਣਾਉਣਾ ਚਾਹੁੰਦੇ ਹੋ, ਤੁਸੀਂ ਆਪ ਨਹੀਂ ਤੁਹਾਨੂੰ ਅਲਾਊਡ ਹੈਗਾ, ਤੁਸੀਂ ਆਪਣਾ ਰੋਬੋਟ ਦੇ ਉੱਤੇ ਫੋਨ ਪੇ ਲਗਾ ਕੇ ਤੁਸੀਂ ਆਪਣੇ ਵੀਡੀਓਜ਼ ਵੀ ਬਣਾ ਸਕਦੇ ਹੋ, ਦੂਸਰੇ ਫੋਨ ਨਾਲ ਇਹਨੂੰ ਓਪਰੇਟ ਕਰ ਸਕਦੇ ਹੋ, ਉਹ ਵੀ ਬਹੁਤ ਵੱਡਾ ਐਡਵਾਂਟੇਜ ਹੈ। ਤੀਸਰਾ ਆਹੀ ਜਿਹੜਾ ਤੁਹਾਨੂੰ ਕਿਵੇਂ ਨੂੰ ਚੱਕਣ ਦੀ ਲੋੜ ਨਹੀਂ, ਕਰਨ ਦੀ ਲੋੜ ਨਹੀਂ, ਇਹ ਤੁਹਾਡੇ ਕੋਲ ਆ ਜਾਏਗਾ, ਤਾਂ ਤੁਸੀਂ ਇਹਨੂੰ ਕਿਤੇ ਭੇਜਣਾ ਚਲੇ ਵੀ ਜਾਏਗਾ, ਕਲਰਸ ਵੀ ਚੇਂਜ ਹੁੰਦੇ ਨੇ। ਇੱਕ ਹੋਰ ਇਹਦੇ 2-3 ਜਿਹੜੇ ਐਡਵਾਂਟੇਜਸ ਨੇ, ਤੁਸੀਂ ਮੋਬਾਈਲ ਫੋਨ ਤੋਂ ਇਹਨੂੰ ਪ੍ਰੋਗਰਾਮ ਵੀ ਕਰ ਸਕਦੇ ਹੋ। ਪ੍ਰੋਗਰਾਮ ਕਰਨ ਨਾਲ ਕੀ ਫੰਡਾ, ਮੰਨ ਲਓ ਤੁਸੀਂ ਗੋਲਫ ਖੇਡ ਰਹੇ ਹੋ, ਤੁਸੀਂ ਗੋਲਫ ਖੇਡਦੇ, ਤੁਹਾਡਾ ਸਾਰਾ ਧਿਆਨ ਗੇਮ ਦੇ ਉੱਤੇ ਆ, ਤਾਂ ਤੁਸੀਂ ਹੁਣ ਚਾਹੁੰਦੇ ਹੋ ਇੱਕ ਨਾ ਪਰਟੀਕੁਲਰ ਸਪੀਡ 'ਤੇ ਚੱਲੇ, ਤੇਜ਼ ਨਾ ਚੱਲੇ ਬਹੁਤ ਜ਼ਿਆਦਾ, ਤਾਂ ਕਿ ਤੁਸੀਂ ਪੀਸਫੁਲੀ ਆਪਣੀ ਗੋਲਫ ਖੇਡ ਸਕੋ। ਇਸ ਦੇ ਉੱਤੇ ਖੜੇ ਹੋ ਕੇ ਵੀ ਖੇਡ ਸਕਦੇ ਹੋ, ਇਹ ਨਹੀਂ ਤੁਹਾਨੂੰ ਉਤਰਨਾ, ਉਹਦੇ ਨਾਲ ਤੁਸੀਂ ਇਸ ਤੋਂ ਆਪਣੀ ਸਪੀਡ 7 'ਤੇ ਜਾਂ 12 'ਤੇ ਜਾਂ 15 'ਤੇ 18 'ਤੇ ਲਿਮਿਟ ਕਰ ਸਕਦੇ ਹੋ। ਤੁਹਾਨੂੰ 7 ਦੀ ਸਪੀਡ ਪਸੰਦ ਹੈ ਜਾਂ 12 ਦੀ ਪਸੰਦ ਹੈ, ਉਸ ਤੋਂ ਉੱਤੇ ਨਹੀਂ ਜਾਏਗਾ, ਤੁਸੀਂ ਜਿੰਨਾ ਮਰਜ਼ੀ ਪ੍ਰੈਸ਼ਰ ਕਰ ਲਓ, ਹੋਰ ਕਰ ਲਓ, 19 ਸਪੀਡ 'ਤੇ ਹੀ ਚੱਲੇਗਾ ਫਿਰ, ਜਿਹੜਾ ਕਿ ਇਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ। ਬਿਲਕੁਲ ਬਿਲਕੁਲ, ਸੋ ਸਾਰੇ ਪੁਆਇੰਟਸ ਤੁਸੀਂ ਦੱਸਤੇ ਫਾਈਨਲੀ ਦਰਸ਼ਕਾਂ ਨੂੰ ਕਿ ਹੋਵਰ ਬੋਰਡ ਔਰ ਮਿੰਨੀ ਬੋਰਡ 'ਚ ਕੀ ਫਰਕ ਹੈਗਾ, ਨਾਲ ਦੋਨਾਂ ਦੇ ਪ੍ਰਾਈਜ਼ ਕੀ ਹੈਗੇ ਨੇ। ਅਤੇ ਅਸੀਂ ਵੀ ਅਕਸਰ ਕਾਫੀ ਹੱਦ ਤੱਕ ਦਰਸ਼ਕਾਂ ਨੂੰ ਦੱਸਣ 'ਚ ਕਾਮਯਾਬ ਹੋਏ ਹਾਂ ਕਿ ਲਾਸਟ ਈਅਰ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਹੋਵਰ ਬੋਰਡ ਆਇਆ ਸੀ, ਹੁਣ ਫਾਈਨਲੀ ਫਿਊਚਰ ਦਾ ਵੀ ਫਿਊਚਰ ਪਹੁੰਚ ਚੁੱਕਿਆ ਮਿੰਨੀ ਬੋਰਡ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੁਨੀਸ਼ ਜਿੰਦਾ ਜੀ ਦਾ ਮਿੰਨੀ ਬੋਟ ਲੈ ਸਕਦੇ ਹੈਗੇ ਹੋ। ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਭਾਅ ਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਕਹਿਣ ਤੋਂ ਪਹਿਲਾਂ ਇੱਕ ਬਹੁਤ ਵਧੀਆ ਇੱਕ ਹੋਰ ਚੀਜ਼ ਦੱਸਣਾ, ਇੱਕ ਅਸੀਂ ਇਕੱਲਾ ਲੁਧਿਆਣਾ ਨਹੀਂ ਟਾਰਗੇਟ ਕੀਤਾ, ਅਸੀਂ ਪੂਰਾ ਹਿੰਦੁਸਤਾਨ ਟਾਰਗੇਟ ਕੀਤਾ ਹੋਇਆ। DTDC ਬਲੂਡਟ ਸਾਡੇ ਲੋਜਿਸਟਿਕ ਪਾਰਟਨਰ, ਪੂਰੇ ਹਿੰਦੁਸਤਾਨ 'ਚ ਕਿਤੇ ਵੀ ਇਹ ਡਿਵਾਈਸਾਂ ਸਾਡੀਆਂ ਜਾ ਰਹੀਆਂ ਨੇ। ਦੂਸਰਾ ਅਸੀਂ ਇੱਕ ਹੋਰ ਵਧੀਆ ਸਟੈਪ ਕੀ ਸ਼ੁਰੂ ਕੀਤਾ ਹੋਇਆ, ਜੇ ਕਿਸੇ ਨੇ ਵੀ ਫ੍ਰੀ ਰਾਈਡਸ ਲੈਣੀਆਂ ਨੇ, ਸਿੱਖਣਾ, ਜਾਣਨਾ ਟੈਕਨੋਲੋਜੀ, ਸਾਡੇ ਕੋਈ ਚਾਰਜਿਸ ਨਹੀਂ, ਉਹਨੂੰ ਇਹ ਖਰੀਦਣ ਦੀ ਵੀ ਜ਼ਰੂਰਤ ਨਹੀਂ, ਸਾਡੇ ਕੋਲ ਆਓ, ਫ੍ਰੀ ਰਾਈਡਸ ਇੰਜੋਏ ਕਰੋ, ਚਾਹੇ ਹੋਵਰਬੋਰਡ ਦੀਆਂ ਕਰੋ, ਚਾਹੇ ਮਿੰਨੀ ਬੋਰਡ ਦੀਆਂ ਕਰੋ, ਇਹ ਸਾਰੇ ਪੀਸਿਸ ਉਹਨਾਂ ਲਈ ਓਪਨਲੀ ਰੱਖੇ ਗਏ ਨੇ, ਜਿਵੇਂ ਮਰਜ਼ੀ ਚਲਾਓ ਔਰ ਇੰਜੋਏ ਕਰੋ। ਹੁਣ ਰਹੀ ਦਰਸ਼ਕਾਂ ਦੀ ਗੱਲ, ਦਰਸ਼ਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਜ਼ਿੰਦਗੀ ਜਿਹੜੀ ਹੈ ਕਿ ਉਹਨੂੰ ਉਹਦੇ ਆਨੰਦ ਮਾਣੋ, ਮੌਜਾਂ ਕਰੋ, ਅਤੇ ਜਦੋਂ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਆਪ ਤਾਂ ਆਨੰਦ ਮਾਣੋ, ਮੌਜਾਂ ਵੀ ਕਰੋ, ਅਤੇ ਦੂਜਿਆਂ ਨੂੰ ਵੀ ਮੌਜਾਂ ਦਿਓ। ਜਿਹੜੇ ਆਪਾਂ ਤਰੱਕੀ ਕਰਦੇ ਹਾਂ ਲਾਈਫ 'ਚ, ਉਹ ਦੂਜਿਆਂ ਦੀ ਤਰੱਕੀ ਨਾਲ ਹੀ ਤਰੱਕੀ ਕਰਦੇ ਹਾਂ। ਮੈਂ ਇੱਕੋ ਪ੍ਰਿੰਸੀਪਲ ਨਾਲ ਜ਼ਿੰਦਗੀ ਆਪਣੀ ਜੀਣਾ ਕਿ ਮੇਕ ਅਦਰਸ ਰਾਈਜ਼। ਜਦੋਂ ਤੁਸੀਂ ਕਿਸੇ ਹੋਰ ਦੀ ਤਰੱਕੀ 'ਚ ਸ਼ਾਮਿਲ ਹੋ, ਤੁਹਾਨੂੰ ਬਹੁਤ ਵਧੀਆ ਖੁਸ਼ੀ ਮਿਲਦੀ ਹੈ, ਅਤੇ ਉਹਦੇ ਨਾਲ ਤੁਸੀਂ ਆਪ ਵੀ ਤਰੱਕੀ ਕਰਦੇ ਹੋ। ਬਿਲਕੁਲ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਹਰਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਕੈਮਰਾ